ਕੁਝ ਮਤਲਬ ਕਿ ਮੈਂ ਦੇਸੀ ਜਿਹੜਾ ਵਾ ਘਰੇ ਬਣਾਇਆ ਇਹ ਨਹੀਂ ਸੀ ਕਿ ਮੈਂ ਜਿਮ ਨਹੀਂ ਜਾ ਸਕਦਾ ਸੀ ਜਿਮ ਜਾ ਸਕਦਾ ਸੀ ਪਰ ਜੇ ਆਪਾਂ ਯੂਥ ਨੂੰ ਮੋਟੀਵੇਟ ਦੀ ਗੱਲ ਕਰਦੇ ਆ ਫਿਰ ਸਾਨੂੰ ਸੇਮ ਕੰਮ ਉਹੀ ਨਹੀਂ ਕਰਨਾ ਚਾਹੀਦਾ ਜੋ ਯੂਥ ਕਰਦੇ ਆ ਉਹਦੇ ਵਾਸਤੇ ਕੁਝ ਡਿਫਰੈਂਟ ਕਰਨਾ ਚਾਹੀਦਾ ਨਾ ਮੈਂ 3000 ਘੰਟੇ ਮਤਲਬ ਕਿ ਮਿਹਨਤ ਕਰਦਾ ਹਾਂ ਕਿ ਸਾਰਾ ਕੁਝ ਦੇਸੀ ਸਮਾਨ ਦੇ ਨਾਲ ਕਰਦਾ ਹਾਂ ਆਪਣੀ ਸਕਿਲਸ ਨੂੰ ਇੰਪਰੂਵ ਕਰਦਾ ਹਾਂ ਤੇ ਆਪਣੇ ਜਿਹੜੇ ਐਕਸ਼ਨ ਮੇਰੇ ਐਕਸ਼ਨ ਮੂਵਸ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਇੰਪਰੂਵ ਕਰ ਰਿਹਾ ਹਾਂ ਹਾਂਰੀ ਕੋਡ ਤੋੜਿਆ ਮੈਂ ਜਿਹੜਾ ਪਹਿਲਾ ਰਿਕਾਰਡ ਨਕਲ ਪੁਸ਼ਅਪ ਦਾ ਸੀ ਉਹ ਰੌਨ ਕੋਪਰ ਦਾ ਸੀ ਯੂ ਐਸ ਦਾ ਉਹਨੇ 1 ਮਿੰਟ ਦੇ ਵਿੱਚ 82 ਨਕਲ ਪੁਸ਼ਅਪ ਲਾਇਏ ਸੀ ਇਕੱਲੇ ਪਿਆ ਸੀ ਤੇ ਮੈਂ ਉਹਨਾਂ ਦੇ ਰਿਕਾਰਡ ਤੋੜਦੇ ਹੋਏ 1 ਮਿੰਟ ਵਿੱਚ 118 ਨਕਲ ਪੁਸ਼ਅਪ ਲਾਇਆ ਇਹ ਰਿਕਾਰਡ ਜਿਹੜੇ ਤੁਸੀਂ ਤੋੜੇ ਇੱਕ ਤੇ ਦਰਜ ਹੋਏ ਭਾਜੀ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਹੋਇਆ ਵਰਲਡ ਰਿਕਾਰਡਸ ਆਫ ਇੰਡੀਆ ਦੇ ਵਿੱਚ ਦਰਜ ਹੋਇਆ ਦੋ ਵਾਰ ਵਰਲਡ ਰਿਕਾਰਡ ਹੋਲਡਰ ਇੱਕ ਵਾਰ ਵਰਲਡ ਰਿਕਾਰਡਸ ਆਫ ਇੰਡੀਆ ਉਹਦੇ ਵਿੱਚ ਮੈਂ 1 ਮਿੰਟ ਵਿੱਚ 118 ਨਕਲ ਪੁਸ਼-ਅਪ ਲਾਈ ਸੀ ਤੇ ਜਿਹੜਾ ਦੂਜਾ ਰਿਕਾਰਡ ਸੀ ਮੇਰਾ ਹੁਣੇ 2020 ਵਿੱਚ ਬਣਿਆ ਵਾ ਉਹਦੇ ਵਿੱਚ ਮੈਂ 30 ਸੈਕਿੰਡ 30 ਸੈਕਿੰਡਾਂ ਦੇ ਵਿੱਚ 35 ਸੁਪਰਮੈਨ ਪੁਸ਼-ਅਪ ਲਾਈ ਨੇ ਦੇਸੀ ਦੇਸੀ ਸ਼ਬਦ ਸੁਣ ਕੇ ਅਸੀਂ ਬੜਾ ਸਿੱਧਾ ਸਾਦਾ ਜਿਹਾ ਮਹਿਸੂਸ ਕਰਦੇ ਹਾਂ ਗਾਣਿਆਂ 'ਚ ਜਾਂ ਹੋਰ ਕਈ ਐਸੇ ਕੰਮਾਂ ਦੇ ਵਿੱਚ ਦੇਸੀ ਸ਼ਬਦ ਆਪਣੇ ਨਾਲ ਲਗਾ ਕੇ ਲੋਕ ਇਹ ਮਹਿਸੂਸ ਕਰਵਾਉਂਦੇ ਨੇ ਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਪਰ ਅਸਲ ਦੇਸੀ ਸ਼ਬਦ ਨੂੰ ਤਰੀਕੇ ਨਾਲ ਵਰਤਿਆ ਉਹ ਤੋਂ ਨਾਮ ਨਾ ਖਟਿਆ ਦੇਸੀ ਸ਼ਬਦ ਨੂੰ ਕਿਸ ਤਰ੍ਹਾਂ ਵਰਤਿਆ ਕਿਉਂਕਿ ਕੰਮ ਦੇਸੀ ਕੀਤੇ ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਉਮਰਾਵਾਲ ਦਾ ਅਮਰਤ ਜਿਸ ਨੇ ਦੇਸੀ ਜਿਮ ਬਣਾਇਆ ਘਰੇ ਜਿਮ ਬਣਾਇਆ ਮੱਝਾਂ ਗਾਈਆਂ ਚ ਤੂੜੀ ਵਾਲੇ ਅੰਦਰ ਬਹਿ ਕੇ ਮਿਹਨਤ ਕੀਤੀ ਤੇ کئی انٹرنیشنل ریکارڈ ਤੋੜੇ ਕਿਹੜੇ ਕਿਹੜੇ ریکارڈ ਤੋੜੇ ਤੇ ਕਿਹੜੇ ਤੋੜਨੇ ਬਾਕੀ ਨੇ ਗੱਲ ਕਰਦੇ ਆ ਅਮਰਿਤ ਨਾਲ ਤੇ ਉਹਦੇ ਪਰਿਵਾਰਕ ਮੈਂਬਰਾਂ ਨਾਲ ਅਮਰਿਤ ਜੀ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਤੁਹਾਡਾ ਸਪੋਕਸਮੈਨਟੀ ਨੇ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਰੋਜ਼ਾਨਾ ਸਪੋਕਸਮੈਨ ਦਾ ਕਿ ਤੁਸੀਂ ਇੰਟਰਵਿਊ ਲੈ ਰਹੇ ਹੋ ਮੇਰੀ ਬਾਕੀ ਮੈਂ ਹੱਲੇ ਮੇਰੀ ਉਮਰ 18 ਸਾਲ ਆ ਤੇ ਮੈਂ ਜ਼ਿਲ੍ਹਾ ਗਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਉਮਰਵਾਲਾ ਦਾ ਆ ਤੇ ਮੈਂ ਦੋ ਵਾਰ ਵਰਲਡ ਰਿਕਾਰਡ ਹੋਲਡਰ ਹਾਂ ਇੱਕ ਵਾਰ ਵਰਲਡ ਰਿਕਾਰਡਸ ਆਫ ਇੰਡੀਆ ਉਹਦੇ ਵਿੱਚ ਮੈਂ 1 ਮਿੰਟ ਵਿੱਚ 118 ਨਕਲ ਪੁਸ਼-ਅਪ ਲਾਇਏ ਸੀ ਤੇ ਜਿਹੜਾ ਦੂਜਾ ਰਿਕਾਰਡ ਸੀ ਮੇਰਾ ਹੁਣੇ 2020 ਵਿੱਚ ਬਣਿਆ ਵਾ ਉਹਦੇ ਵਿੱਚ ਮੈਂ 30 ਸੈਕਿੰਡਾਂ ਦੇ ਵਿੱਚ 35 ਸੁਪਰਮੈਨ ਪੁਸ਼-ਅਪ ਲਾਇਏ ਨੇ ਪਹਿਲਾਂ ਤੇ ਸਾਨੂੰ ਜਿਹੜੇ ਤੁਸੀਂ ਪੁਸ਼-ਅਪ ਲਾਉਂਦੇ ਹੋ ਜਿਨ੍ਹਾਂ ਦਾ ਨਾਮ ਲੈਂਦੇ ਹੋ ਨਕਲ ਪੁਸ਼-ਅਪ ਜਾਂ ਸੁਪਰਮੈਨ ਪੁਸ਼-ਅਪ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਖੁੱਲ ਕੇ ਜਾਣਕਾਰੀ ਦੇ ਦਿਓ ਕਿ ਜਿਹੜੇ ਪੁਸ਼-ਅਪ ਨਕਲ ਪੁਸ਼-ਅਪ ਤੇ ਸੁਪਰਮੈਨ ਪੁਸ਼-ਅਪ ਜਿਹੜੇ ਆ ਇਹਨਾਂ ਦਾ ਇੱਕ ਤਾਂ ਆਪਾਂ ਲਾਉਨੇ ਆ ਸਿੰਪਲ ਪੁਸ਼ਅਪ ਜਿਹੜੇ ਆਉਂਦੇ ਆ ਡਾਂਡੇ ਜਿਹਨਾਂ ਨੂੰ ਕਹਿੰਦੇ ਨੇ ਆਪਾਂ ਇਹ ਵੀ ਉਹਦੇ ਵਿੱਚ ਹੀ ਪੁਸ਼ਅਪ ਦੇ ਵਿੱਚ ਹੀ ਹੁੰਦੇ ਆ ਪਰ ਪੁਸ਼ਅਪ ਨੂੰ ਅਲੱਗ-ਅਲੱਗ ਟਾਈਪਸ ਦੇ ਵਿੱਚ ਜਿਹੜਾ ਡਿਫਰੈਂਟ ਟਾਈਪਸ ਦੇ ਵਿੱਚ ਇਹਨਾਂ ਨੂੰ ਮਤਲਬ ਕਿ ਵੰਡਿਆ ਗਿਆ ਵਾ ਕਿਉਂਕਿ ਹਰ ਇੱਕ ਪੁਸ਼ਅਪ ਦਾ ਹਰ ਇੱਕ ਪੁਸ਼ਅਪ ਦਾ ਵੱਖਰਾ-ਵੱਖਰਾ ਨਾਮ ਹੋਣਾ ਜ਼ਰੂਰੀ ਹੈ ਤੇ ਇਹੜੇ ਪੁਸ਼ਅਪਸਾਂ ਨਕਲ ਇਹਨਾਂ ਨੂੰ ਆਪਾਂ ਮੁਠੀ ਬੰਦ ਕਰਕੇ ਲਾਉਨੇ ਆ ਫਿਰ ਇਹਦੇ ਨਾਲ ਆਪਾਂ ਨਕਲ ਪੁਸ਼ਅਪ ਲਾਉਨੇ ਆ ਜਿਹੜੇ ਸੁਪਰਮੈਨ ਪੁਸ਼ਅਪ ਹੁੰਦੇ ਆ ਉਹ ਪੁਸ਼ਅਪ ਲਾ ਕੇ ਆਪਣੀ ਬੋਡੀ ਨੂੰ ਹਵਾ ਦੇ ਵਿੱਚ ਲਿਫਟ ਕਰਨਾ ਹੁੰ ਕਿੰਨੇ ਰਿਕਾਰਡ ਹਾਲੇ ਤੱਕ ਤੋੜੇ ਇੱਕ ਮਿੰਟ ਦੇ ਵਿੱਚ ਕਿੰਨਾ ਰਿਕਾਰਡ ਆ ਤੇ ਕਿਹਦੇ ਕਿਹਦੇ ਰਿਕਾਰਡ ਤੋੜ ਚੁੱਕੇ ਆ ਇਹ ਦੋਨੇ ਰਿਕਾਰਡ ਤੋੜੇ ਆ ਮੈਂ ਜਿਹੜਾ ਪਹਿਲਾ ਰਿਕਾਰਡ ਨਕਲ ਪੁਸ਼ਅਪ ਦਾ ਸੀ ਉਹ ਰੋਨ ਕੋਪਰ ਦਾ ਸੀ ਯੂਐਸ ਦਾ ਉਹਨੇ 1 ਮਿੰਟ ਦੇ ਵਿੱਚ 82 ਨਕਲ ਪੁਸ਼ਅਪ ਲਾਇਏ ਸੀ ਇਕੱਲੇ ਪਿਆ ਸੀ ਤੇ ਮੈਂ ਉਹਨਾਂ ਦੇ ਰਿਕਾਰਡ ਤੋੜਦੇ ਹੋਏ 1 ਮਿੰਟ ਵਿੱਚ 118 ਨਕਲ ਪੁਸ਼ਅਪ ਲਾਇਆ ਤੇ ਜਿਹੜਾ ਸੁਪਰਮੈਨ ਪੁਸ਼ਅਪ ਦਾ ਰਿਕਾਰਡ ਸੀ ਇਹ ਵੀ ਪਹਿਲਾਂ ਕਿਸੇ ਦੇ ਨਾਮ ਰਿਕਾਰਡ ਸੀ ਉਹਨੇ 30 ਸੈਕਿੰਡਾਂ ਦੇ ਵਿੱਚ 25 ਸੁਪਰਮੈਨ ਪੁਸ਼ਅਪ ਲਾਇਏ ਸੀ ਤੇ ਮੈਂ ਉਸ ਦਾ ਰਿਕਾਰਡ ਤੋੜਦੇ ਹੋਏ 30 ਸੈਕ ਇਫ ਰਿਕਾਰਡ ਜਿਹੜੇ ਤੁਸੀਂ ਤੋੜੇ ਇੱਕ ਦੇ ਦਰਜ ਹੋਏ ਹਾਂਜੀ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਹੋਇਆ ਵਰਲਡ ਰਿਕਾਰਡਸ ਆਫ ਇੰਡੀਆ ਦੇ ਵਿੱਚ ਦਰਜ ਹੋਇਆ ਹੈ ਰਿਐਲਿਟੀ ਸ਼ੋ ਉਸ ਵਿੱਚ ਟੌਪ 10 ਕੰਟੈਸਟੈਂਟ ਵਿੱਚ ਰਹਿ ਗਿਆ ਹੈ ਆਪਣੇ ਫਿਟਨੈਸ ਦੇ ਕਰਕੇ ਆਪਣੇ ਫਿਟਨੈਸ ਦੇ ਚੈਨਲ ਦੇ ਉੱਤੇ ਤੇ ਮੈਂ ਨਾਲ ਦੀ ਨਾਲ ਦੋ ਸ਼ਾਰਟ ਮੂਵੀਜ਼ ਕਰ ਚੁੱਕਿਆ ਹਾਂ ਜਿਨਾਂ ਆਪਾਂ ਟੈਲੀਫਿਲਮਾਂ ਕਹ ਦਨੇ ਆ ਉਹਦੇ ਵਿੱਚ ਐਸਾ ਲੀਡ ਰੋਲ ਮੈਂ ਕੀਤਾ ਵਾ ਤੇ ਉਹਦੇ ਵਿੱਚ ਮੈਂ ਫਿਟਨੈਸ ਨੂੰ ਪ੍ਰਮੋਟ ਕੀਤਾ ਵਾ ਕਿ ਆ ਇੱਕ ਜਿਹੜਾ ਪੰਜਾਬ ਦਾ ਯੂਥ ਆ ਜਾਂ ਇੰਡੀਆ ਦਾ ਯੂਥ ਆ ਔਰ ਫਿਟਨੈਸ ਨੂੰ ਫੋਲੋ ਕਰੇ ਜ਼ਰੂਰੀ ਨਹੀਂ ਆ ਕਿ ਮੈਂ ਫਿਟਨੈਸ ਆਸਤੇ ਹੀ ਲੋਕਾਂ ਨੂੰ ਮੋਟੀਵੇਟ ਕਰ ਰਹਾ ਯੂਥ ਨੂੰ ਮੋਟੀਵੇਟ ਕਰ ਰਹਾ ਵਾ ਮੈਂ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੁੰਦਾ ਲਾਈਫ ਦੀ ਰਿਐਲਿਟੀ ਆਸਤੇ ਕਿਉਂਕਿ ਸਾਡੀ ਲਾਈਫ ਮਤਲਬ ਕਿ ਬਹੁਤ ਜ਼ਿਆਦਾ ਡਿਫਿਕਲਟੀਆਂ ਇਹਦੇ ਵਿੱਚ ਆਉਂਦੀਆਂ ਵਾ ਤੇ ਸਾਨੂੰ ਫੇਸ ਕਰਨੀਆਂ ਚਾਹੀਦੀਆਂ ਇਹ ਵਾਲੀਆਂ ਡਿਫਿਕਲਟੀ ਇਸੇ ਕੋਈ ਨੂੰ ਵੀ ਪਤਾ ਲੱਗਾ ਕਿ ਤੁਸੀਂ ਡੋਮੀਨੇਟ ਕੀਤੇ ਗਏ ਹੋ ਕਿਸ ਇਹ ਕਰਮਵੀਰ ਚੱਕਰਵਾਰਡ ਇਹ ਨੈਸ਼ਨਲ ਲੈਵਲ ਦਾ ਅਵਾਰਡ ਹੈ ਤੇ ਉਹਦੇ ਆਸਤੇ ਮੈਨੂੰ ਨੋਮੀਨੇਟ ਕੀਤਾ ਗਿਆ ਵਾ ਤੇ ਪੰਜਾਬ ਦਾ ਯੰਗ ਬੁਆਏ ਆ ਜਿਹੜਾ ਇਸ ਅਵਾਰਡ ਆਸਤੇ ਨੋਮੀਨੇਟ ਹੋਇਆ ਵਾ ਤੇ ਇਹ ਮੈਨੂੰ ਅਗਲੇ ਮਹੀਨੇ ਮਿਲੇਗਾ ਕਿਹਦੇ ਵੱਲੋਂ ਤੁਹਾਨੂੰ ਇਨਫੋਰਮ ਕੀਤਾ ਗਿਆ ਕਿ ਤੁਹਾਨੂੰ ਜਿਹੜਾ ਵਾ ਇਸ ਅਵਾਰਡ ਲਈ ਚੁਣਿਆ ਗਿਆ ਵਾ ਤੇ ਕਿਹਦੇ ਵੱਲੋਂ ਦੱਸਿਆ ਗਿਆ ਤੇ ਕਦੋਂ ਜਾ ਰਹੇ ਹੋ ਆਪਾਂ ਕਿੰਨੇ ਹੈ ਕਿ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਆ ਜਿਸ ਤੋਂ ਯੂਥ ਖਰਾਬ ਵੀ ਹੁੰਦਾ ਵਾ ਤੇ ਯੂਥ ਸੁਧਰਦਾ ਵੀ ਆ ਅੱਗੇ ਵੀ ਵਾਦਾ ਵਾ ਤੇ ਮੈਨੂੰ ਲੱਗਦਾ ਕਿ ਯੂਥ ਤੋਂ ਸਾਨੂੰ ਮਤਲਬ ਕਿ سوشل میڈیا ਵਾ ਜਿਹੜਾ ਸਾਨੂੰ ਉੱਥੋਂ ਸਾਨੂੰ ਪੋਜ਼ਿਟਿਵਨੈਸ ਜਿਹੜੀ ਹੈ ਲੈਣੀ ਚਾਹੀਦੀ ਹੈ ਤੇ ਆਪਣਾ ਪੋਜ਼ਿਟਿਵਨੈਸ ਜਿਹੜਾ ਸਾਡਾ ਆਉਟਪੁੱਟ ਹੈ ਟੈਲੈਂਟ ਸਾਡਾ ਜਿਹੜਾ ਉਹਨੂੰ ਸ਼ੋਅ ਆਫ ਕਰਨਾ ਚਾਹੀਦਾ ਹੈ سوشل میڈیا ਦੇ ਉੱਤੇ ਤੇ سوشل میڈیا ਤੇ ਮੈਨੂੰ ਇਹਦੇ ਬਾਰੇ ਪਤਾ ਲੱਗਾ ਸੀ ਤੇ ਮੈਂ ਇਸ ਵਾਰੀ ਮਤਲਬ ਕਿ ਆਪਣੀ ਨੋਮੀਨੇਟ ਨੋਮੀਨੇਸ਼ਨ ਫਾਰਮ ਬਾਰੇ ਆਪਣਾ ਫਿਲ ਸਾਰਾ ਕੁਝ ਕੀਤਾ ਜੋ ਕੁਝ ਮੈਂ ਕੀਤਾ ਸੀ ਆਪਣੀ ਮਤਲਬ ਕਿ ਪਿਛਲੇ ਪ੍ਰੀਵियस ਟਾਈਮ ਚ ਸਾਰਾ ਕੁਝ ਮੈਂ ਉੱਥੇ ਨੋਮੀਨੇਸ਼ਨ ਮਤਲਬ ਕਿ ਸਾਰਾ ਕੁਝ ਫਾਰਮ ਚ ਫਿਲ ਕੀਤਾ ਉਸ ਉਸੇ ਹਿਸਾਬ ਨਾਲ ਉਹਨਾਂ ਨੇ ਮੈਨੂੰ ਕੰਟੈਕਟ ਕੀ ਆਪਾਂ ਜੇ ਤੁਹਾਨੂੰ ਨੋਮੀਨੇਟ ਕਰਦੇ ਆ ਇਸ ਤੋਂ ਇਲਾਵਾ ਤੁਸੀਂ ਹੋਰ ਸੋਸਾਇਟੀ ਵਾਸਤੇ ਕੀ ਕਰੋਗੇ ਫਿਰ ਮੈਂ ਸਾਰਾ ਕੁਝ ਆਪਣੇ ਜਿਹੜੇ ਜਿਹੜੇ ਮੇਰੇ ਮਤਲਬ ਕੀ ਕਹਾਂ ਮਾਈਂਡ ਸੈਟ ਆ ਉਹ ਸਾਰਾ ਕੁਝ ਉਹਨਾਂ ਨਾਲ ਸ਼ੇਅਰ ਕੀਤਾ ਮੈਂ ਕਿ ਆ ਮੈਂ ਸੋਸਾਇਟੀ ਲਈ ਕਰਨਾ ਚਾਹੁੰਦਾ ਵਾਂ ਤੇ ਯੰਗ ਇਹਦੇ ਵਿੱਚ ਕਰਨਾ ਚਾਹੁੰਦਾ ਵਾਂ ਤੇ ਇਸ ਇਸ ਤੇ ਕਰਕੇ ਮੈਂ ਨੋਮੀਨੇਟ ਕੀ ਇਹ ਭਾਰਤ ਸਰਕਾਰ ਵੱਲੋਂ ਤੁਹਾਨੂੰ ਅਵਾਰਡ ਦਿੱਤਾ ਜਾ ਰਿਹਾ ਹੈ ਕਿ ਜਾਂ ਕਿਸੇ ਐਨ ਜੀਓ ਵੱਲੋਂ ਐਨ ਜੀਓ ਵੱਲੋਂ ਐਨ ਜੀਓ ਵੱਲੋਂ ਦਿੱਤਾ ਜਾਏਗਾ ਕਿੱਥੇ ਦਿੱਤਾ ਜਾਏਗਾ ਇਹ ਦਿੱਲੀ 'ਚ ਦਿੱਲੀ 'ਚ ਹਾਂਜੀ ਚਲੋ ਹੁਣ ਤੋਂ ਗੱਲ ਕਰਦੇ ਆ ਤੁਹਾਡੇ ਖਾਣ ਪੀਣ ਦੀ ਤੇ ਤੁਹਾਡੇ ਦੇਸੀ ਜੀਮ ਦੀ ਜਿਹਦੇ ਤੋਂ ਤੁਸੀਂ ਸਾਰਾ ਕੁਝ ਮਿਹਨਤ ਕੀਤੀ ਤੇ ਇੱਥੇ ਤੱਕ ਪਹੁੰਚੇ ਕਦੋਂ ਇਹ ਦੇਸੀ ਜਿਮ ਬਣਾਇਆ ਕਦੋਂ ਸ਼ੁਰੂ ਕੀਤਾ ਤੇ ਕੀ ਰੂਟੀਨ ਹੈ ਜਦੋਂ ਮੈਂ 16 ਸਾਲ ਦਾ ਸੀ ਅਰਦਾਈਆਂ ਕੇਜ ਉਸ ਦਿਨ ਮੈਂ ਸੋਚਿਆ ਸੀ ਕਿ ਕੁਝ ਆਪਣਾ ਨਾਮ ਜਿਹੜਾ ਵਾ ਟੋਪ ਪਰਸਨੈਲਿਟੀ ਦੇ ਵਿੱਚ ਰੈਂਕ ਕਰਾ ਸਕਾਂ ਪਰ ਆਪਾਂ ਜਦੋਂ ਜਦੋਂ ਆਪਣੀ ਲਾਈਨ ਵਿੱਚ ਅੱਗੇ ਵਧਦੇ ਆ ਕੋਈ ਵੀ ਲੈਣਾ ਵਾ ਚੂਜ਼ ਕਰਦੇ ਆ ਜਦੋਂ ਉਹਨੂੰ ਸਟਾਰਟ ਅਪ ਦਿੰਨੇ ਆ ਤਾਂ ਸਾਨੂੰ ਬੜਾ ਖੁਸ਼ੀ ਹੁੰਦੀ ਹੈ ਕਿ ਆਪਾਂ ਇਹ ਲਾਈਨ ਸਟਾਰਟ ਕੀਤੀ ਹੈ ਪਰ ਜਦੋਂ ਹੋਲੀ ਓਲੀ ਸਾਨੂੰ ਪਤਾ ਲੱਗਦਾ ਹੈ ਕਿ ਇਸ ਵਿੱਚ ਡਿਫਿਕਲਟੀਆਂ ਵੀ ਆਉਣੀਆਂ ਨੇ ਕਾਫੀ ਉਸ ਦਿਨ ਸਾਨੂੰ ਪਤਾ ਲੱਗਦਾ ਹੈ ਕਿ ਯਾਰ ਹੁਣ ਜਿਹੜਾ ਟਾਈਮ ਆ ਉਸ ਦੇ ਵਿੱਚ ਸਾਨੂੰ ਆਪਣੀ ਮਿਹਨਤ ਜਿਹੜੀਆਂ ਨੂੰ ਡਬਲ ਕਰਨਾ ਚਾਹੀਦਾ ਵਾ ਤੇ ਆਪਣੇ ਸੁਪਨਿਆਂ ਵੱਲ ਜ਼ਿਆਦਾ ਮੈਨੂੰ ਮਤਲਬ ਕਿ ਧਿਆਨ ਦੇਣਾ ਚਾਹੀਦਾ ਆਪਣੇ ਹਾਰਡ ਵਰਕ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਫਿਰ ਸਾਰਾ ਕੁਝ ਮਤਲਬ ਕਿ ਮੈਂ ਦੇਸੀ ਜਿਹੜਾ ਵਾ ਘਰੇ ਬਣਾਇਆ ਇਹ ਨਹੀਂ ਸੀ ਕਿ ਮੈਂ ਜਿਮ ਨਹੀਂ ਜਾ ਸਕਦਾ ਸੀ ਜਿਮ ਜਾ ਸਕਦਾ ਸੀ ਪਰ ਜੇ ਆਪਾਂ ਯੂਥ ਨੂੰ ਮੋਟੀਵੇਟ ਦੀ ਗੱਲ ਕਰਦੇ ਆ ਫਿਰ ਸਾਨੂੰ ਸੇਮ ਕੰਮ ਉਹੀ ਨਹੀਂ ਕਰਨਾ ਚਾਹੀਦਾ ਯੂਥ ਕਰਦੇ ਆ ਉਦੇ ਵਾਸਤੇ ਕੋਈ ਡਿਫਰੈਂਟ ਕਰਨਾ ਜੀਦਾ ਵਾ ਕਿਉਂਕਿ ਸਾਨੂੰ ਇਹ ਨਹੀਂ ਹੈ ਕਿ ਜੇ ਕੋਈ ਆਪਾਂ ਸ਼ੁਰੂਆਤ ਕਰਨਾ ਚਾਹੁੰਦੇ ਆ ਕਿ ਸਾਨੂੰ ਪਹਿਲਾਂ ਹੀ ਸਾਰੀਆਂ ਐਡਵਾਂਟੇਜ ਜਿਹੜੀਆਂ ਉਹ ਦਿੱਤੀਆਂ ਜਾਣ ਫਿਰ ਹੀ ਆਪਾਂ ਉਹ ਕੰਮ ਸ਼ੁਰੂਆਤ ਕਰਾਂਗੇ ਪਹਿਲਾਂ ਆਪਾਂ ਉਸ ਦੇ ਲਾਇਕ ਬਣੀਏ ਉਸ ਦੇ ਕਾਬਲ ਬਣੀਏ ਉਸ ਨੂੰ ਪਾਉਣ ਲਈ ਲਾਇਕ ਬਣੋ ਕਿ ਮਿਹਨਤ ਕਰੀਏ ਉਸ ਦੇ ਉੱਤੇ ਫਿਰ ਆਪਾਂ ਬਸ ਆਪਣਾ ਸੁਪਨੇ ਨੂੰ ਅਚੀਵ ਕਰ ਸਕਦੇ ਹਾਂ ਹੁਣ ਰੋਜ਼ਾਨਾ ਜਿਹੜੀ ਕੀ ਰੁਟੀਨ ਰਹਿੰਦੀ ਹੈ ਕਿੰਨੀ ਧੇਰ ਸਵੇਰੇ ਤੁਸੀਂ ਆਪਣੀ ਮਿਹਨਤ ਕਰਦੇ ਹੋ ਆਪਣੇ ਦੇਸੀ ਜਿਮ ਵਿੱਚ ਤੇ ਕਿੰਨੀ ਦੇਰ ਸ਼ਾਮ ਨੂੰ ਕਰਦੇ ਹੋ ਰੋਜ਼ਾਨਾ ਮੈਂ 3-4 ਘੰਟੇ ਮਤਲਬ ਕਿ ਮਿਹਨਤ ਕਰਦਾ ਹਾਂ ਤੇ ਸਾਰਾ ਕੁਝ ਦੇਸੀ ਸਮਾਨ ਦੇ ਨਾਲ ਕਰਦਾ ਹਾਂ ਆਪਣੀ ਸਕਿੱਲਸ ਨੂੰ ਇੰਪਰੂਵ ਕਰਦਾ ਹਾਂ ਤੇ ਆਪਣੇ ਜਿਹੜੇ ਐਕਸ਼ਨ ਮੇਰੇ ਐਕਸ਼ਨ ਮੂਵਸ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਇੰਪਰੂਵ ਕਰ ਰਿਹਾ ਹਾਂ ਕਿ ਮੈਂ ਮਤਲਬ ਕਿ ਅੱਗੇ ਥੋੜਾ ਹਾਇਰ ਲੈਵਲ ਤੇ ਜਾ ਸਕਾਂ ਯੂਥ ਆਇਕਨ ਬਣਨ ਦੇ ਨਾਲ ਨਾਲ ਇੱਕ ਮਤਲਬ ਕਿ ਐਕਸ਼ਨ ਮੂਵੀਜ਼ ਕਰ ਸਕਾਂ ਅੱਗੇ ਜਾ ਕੇ ਸਾਰਾ ਸਾਰਾ ਕੁਝ ਮੈਂ ਆਪਣੀ ਮਤਲਬ ਕਿ ਮਾਰਨਿੰਗ ਮਾਰਨਿੰਗ ਵੀ ਤੇ ਈਵਨਿੰਗ ਵੀ ਦੋਨੋਂ ਟਾਈਮ ਮਿਹਨਤ ਕਰਦਾ ਫਿਲਮੀ ਦੁਨੀਆ ਚਾਹੁੰਦਾ ਹੁਣ ਇਰਾਦਾ ਲੱਗਦਾ ਕਿਉਂਕਿ ਐਕਸ਼ਨ ਮੂਵੀਜ਼ ਜਿ ਤੁਸੀਂ ਗੱਲ ਕੀਤੀ ਆ ਤੇ ਐਕਸ਼ਨ ਮੂਵੀਜ਼ ਕੀ ਪਾਲੀਵੁੱਡ ਤੇ ਜਾ ਰਹੇ ਹੋ ਬਾਲੀਵੁੱਡ ਤੇ ਜਾ ਰਹੇ ਹੋ ਕਿ ਹਾਲੀਵੁੱਡ ਤੇ ਜਾ ਰਹੇ ਹੋ ਸ਼ੁਰੂਆਤ ਮੈਂ ਆਪਣੇ ਪੰਜਾਬ ਤੋਂ ਹੀ ਕਰੂੰਗਾ ਪਾਲੀਵੁੱਡ ਤੋਂ ਹੀ ਕਰੂੰਗਾ ਸ਼ੁਰੂਆਤ ਪਾਲੀਵੁੱਡ ਤੋਂ ਹੀ ਕਰੂੰਗਾ ਸ਼ੁਰੂਆਤ ਪਾਲੀਵੁੱਡ ਤੋਂ ਕਰੋਗੇ ਵਧੀਆ ਲੱ ਪ੍ਰੇਰਨਾ ਸਰੋਤ ਬੰਦ ਪੜਾਈ ਬਾਰੇ ਵੀ ਜਾਨਣਾ ਚਾਹਾਂਗੇ ਕਿ ਪੜਾਈ ਨੂੰ ਫਿਰ ਕਿੰਨੇ ਕਦੋਂ ਸਮਾਂ ਦਿੰਦੇ ਹੋ ਤੇ ਕਿੱਥੋਂ ਤੱਕ ਪੜ੍ਹੇਗਾ ਇਹ ਗੱਲ ਨਹੀਂ ਹੈ ਕਿ ਮੈਂ ਆਪਣੀ ਸਪੋਰਟਸ ਨੂੰ ਹੀ ਮਤਲਬ ਕਿ ਜੇ ਮੈਂ ਕਹਿੰਦਾ ਕਿ ਮੈਂ ਆਪਣੀ ਫਿਟਨੈਸ ਨਾਲ ਵਿੱਚ ਆਂਦੇ ਸਿਰਫ ਫਿਟਨੈਸ ਨੂੰ ਹੀ ਮਤਲਬ ਕਿ ਸਟਾਰਟਅਪ ਦਿਨਾ ਵਾਂ ਸਟੱਡੀ ਨੂੰ ਮੈਂ ਉਹਨਾਂ ਹੀ ਮਤਲਬ ਕਿ ਸਟਾਰਟਅਪ ਦਿਨਾ ਆਪਣੀ ਜਿਹੜੀ ਹਿਸਟਰੀ ਬੁੱਕਸ ਹੋ ਗਈਆਂ ਉਹਨਾਂ ਨੂੰ ਮੈਂ ਪੜਦਾ ਵਾਂ ਕਿ ਆਪਣੇ ਪੰਜਾਬ ਦੀ ਜਿਹੜੀ ਪਹਿਲਾਂ ਹਿਸਟਰੀ ਸੀ ਪਹਿਲਵਾਨਾਂ ਵਾਲੇ ਪੜਦਾ ਰਿਹਾ ਵਾਂ ਜਾਂ ਕਿ ਲੋਕੀ ਤੁਸੀਂ ਗੁਰਮੁਖ ਬੜੇ ਪੜਦਾ ਰਿਹਾ ਵਾਂ ਜਾਂ ਆਪਣੇ ਰੈਵੋਲਿਊਸ਼ਨਰੀ ਸੋਏ ਆ ਭਗਤ ਸਿੰਘ ਹੋ ਗਏ ਮਤਲਬ ਕਿ ਚੰਦਰ ਸ਼ੇਖਰ ਆਜ਼ਾਦ ਜੀ ਹੋ ਗਏ ਤੇ ਕਰਤਾਰ ਸਿੰਘ ਸਰਾਭਾ ਹੋ ਗਏ ਇਹਨਾਂ ਵਾਲੇ ਪੜਦਾ ਰਿਹਾ ਵਾਂ ਤੇ ਬਹੁਤ ਮੈਨ ਉਹ ਸਕੂਲ ਦੀ ਪੜਾਈ ਦੀ ਵੀ ਗੱਲ ਕਰ ਰਹੇ ਨੇ ਵੀ ਸਕੂਲ ਦੀ ਪੜਾਈ ਕਿੱਥੋਂ ਤੱਕ ਕਰ ਰਹੇ ਹੋ ਫਿਲਹਾਲ ਕਿਹੜੀ ਕਲਾਸ ਚ ਹੁਣ ਮੈਂ ਯੂਨੀਵਰਸਿਟੀ 'ਚ ਪੜ੍ਹਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਥੇ ਬੀਪੀਐਸ ਦੀ ਪੜਾਈ ਕਰ ਰਿਹਾ ਹਾਂ ਗ੍ਰੈਜੂਏਸ਼ਨ ਇਹਨੇ ਅਮਰਿਤ ਜੀ ਨਾਲ ਵੀ ਜੀਵਨ ਤੇ ਸੀ ਝਾਤ ਪਾਈ ਆ ਅਮਰਿਤ ਦੇ ਮਾਪੇ ਵੀ ਇੱਥੇ ਨੇ ਪਿਤਾ ਨੇ ਉਹਨਾਂ ਨਾਲ ਗੱਲ ਕਰ ਰਹੇ ਨੇ ਕੀ ਨਾਮ ਹੈ ਜੀ ਨਿਸ਼ਾਨ ਸਿੰਘ ਨਿਸ਼ਾਨ ਜੀ ਤੁਹਾਡੇ ਬੇਟੇ ਨੇ ਦੋ ਵਰਲਡ ਰਿਕਾਰਡ ਤੋੜਦੇ ਫਿਰ ਦੁਬਾਰਾ ਨੈਸ਼ਨਲ ਅਵਾਰਡ ਲਈ ਐਲਾਨਿਆ ਗਿਆ ਹੈ ਕਿੱਦਾਂ ਦਾ ਮਹਿਸੂਸ ਕਰਦੇ ਬਹੁਤ ਖੁਸ਼ੀ ਮਹਿਸੂਸ ਆ ਜੀ ਇਹ ਗੱਲ ਜੀ ਬਹੁਤ ਖੁਸ਼ ਆ ਇਹ ਗੱਲ ਦੇ ਵਿੱਚ ਕਿੱਦਾਂ ਦੀ ਮਿਹਨਤ ਕਰਦਾ ਵਾ ਅਮਰਿਤ ਤੇ ਤੁਹਾਡੇ ਪਰਿਵਾਰ ਵੱਲੋਂ ਕਿੰਨਾ ਕੁ ਸਹਿਯੋਗ ਰਹਿੰਦਾ ਮਿਹਨਤ ਜਿਹੜੀ ਆ ਪੰਜਾਬੀ ਜੀ ਜਿਵੇਂ ਆਪਾਂ ਕਹ ਲਈਏ ਹੱਡ ਤੋੜੀ ਮਿਹਨਤ ਕਰਦਾ ਤੇ ਬੜੀ ਖੁਸ਼ੀ ਹੁੰਦੀ ਆ ਬਹੁਤ ਜ਼ਿਆਦਾ ਮਿਹਨਤ ਕਰਦਾ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਦੋਂ ਬੱਚਾ ਮਿਹਨਤ ਕਰਦਾ ਤੇ ਮਾਪੇ ਵੀ ਉਹਨੂੰ ਸਪੋਰਟ ਕਰਕੇ ਕਦੇ ਜੇ ਮੁੱਝ ਭੇਜਦੇ ਆ ਕੋਈ ਕਿਸੇ ਵੱਖ-ਵੱਖ ਵੱਡੇ ਸ਼ਹਿਰਾਂ ਚ ਭੇਜਦੇ ਤੁਸੀਂ ਆਪਣੇ ਬੇਟੇ ਨੂੰ ਤੂੜੀ ਵਾਲੇ ਅੰਦਰ ਜਿੰਮ ਮੱਝਾਂ ਕਾਇਆਂ ਚ ਬੈਠ ਕੇ ਉਹਨੇ ਮਿਹਨਤ ਕੀਤੀ ਕਿੱਦਾਂ ਤੁਹਾਡੀ ਜਿਹੜੀ ਆ ਤੁਹਾਡਾ ਸਫ਼ਰ ਰਿਆ ਆਪਣੇ ਬੱਚੇ ਦੇ ਨਾਲ ਤੇ ਹੁਣ ਅੱਗੋਂ ਕੀ ਸੋਚਦੇ ਤੁਸੀਂ ਆਪਣੇ ਬੇਟੇ ਬਾਰੇ ਜਿਹੜੀ ਮਿਹਨਤ ਕਰਨ ਵਾਲੀ ਗੱਲ ਆ ਇਹ ਤਾਂ ਸ਼ੁਰੂ ਤੋਂ ਰਜਾਨੀ ਇਹ ਪਿੰਡ ਦੇ ਵਿੱਚ ਘਰ ਚ ਹੀ ਮਿਹਨਤ ਕਰਦਾ ਆ ਜਾਂ ਆਪਣੀ ਜ਼ਮੀਨ ਟਿਊਬਵਲ 'ਵਾਲ ਜਾ ਕੇ ਉੱਥੇ ਵੀ ਮਿਹਨਤ ਕਰਦਾ ਆ ਤੇ ਗਾਂ ਮੇਰੀ ਮੰਗ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜੀ ਪਰਸ਼ੂ ਕਿ ਮੇਰੇ ਪੁੱਤਰ ਨੂੰ ਪੰਜਾਬ ਸਪੋਰਟਸ ਕੋਟੇ ਦੇ ਵਿੱਚ ਕੋਈ ਸਰਕਾਰੀ ਨੌਕਰੀ ਦਿੱਤੀ ਜਾਏ ਪਰ ਅਮ੍ਰਿਤ ਇਹ ਕਹਿੰਦਾ ਕਿ ਮੈਂ ਫਿਲਮਾਂ ਦੇ ਲੈਣ ਤੇ ਜਾਣਾ ਤੁਸੀਂ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਹੋ ਮੈਂ ਜਿਹੜਾ ਮਾਪਿਆਂ ਦਾ ਰੋਲ ਹੁੰਦਾ ਆ ਮਾਪਿਆਂ ਦਾ ਰੋਲ ਅਗਾ ਕਰ ਰਹੇ ਆ ਤੇ ਮੇਰੇ ਪੁੱਤਰ ਨੂੰ ਪੰਜਾਬ ਸਪੋਰਟਸ ਕੋਟੀ ਦੇ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਂਦੀ ਜੇ ਉਹ ਫਿਲਮ ਵਾਲਾ ਜਾਣਾ ਚਾਹੇ ਤਾਂ ਫਿਰ ਕੀ ਉਹਨੂੰ ਆਗਿਆ ਦਿਓਗੇ ਉਹ ਵੀ ਸ਼ੌਂਕ ਪੂਰਾ ਕਰੇ ਜੀ ਇਸ ਅਮਰਿਤ ਤੇ ਉਹਦੇ ਮਾਪੇ ਅਮਰਿਤ ਬੇਸ਼ੱਕ ਜਿੱਥੇ ਵਰਲਡ ਰਿਕਾਰਡ ਤੋੜ ਚੁੱਕਾ ਹੁਣ ਨੈਸ਼ਨਲ ਅਵਾਰਡ ਲਈ ਐਨ ਜੀਓ ਵੱਲੋਂ ਇਹਦਾ ਨਾਮ ਜਿਹੜਾ ਉਹ ਐਲਾਨਿਆ ਗਿਆ ਹੈ ਦਿੱਲੀ ਜਾ ਕੇ ਆਪਣਾ ਨੈਸ਼ਨਲ ਅਵਾਰਡ ਵੀ ਹਾਸਲ ਕਰੇਗਾ ਪਰ ਉਹਦੇ ਸੁਪਨੇ ਦੀ ਗੱਲ ਕੀਤੀ ਜਾਵੇ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਤੋਂ ਇਲਾਵਾ ਉਸ ਦਾ ਸੁਪਨਾ ਐਕਸ਼ਨ ਫਿਲਮਾਂ ਦੇ ਵਿੱਚ ਜਾਂਦਾ ਹੈ ਉਹਦੇ ਮਾਪਿਆਂ ਦੀ ਗੱਲ ਕਰੀਏ ਤੇ ਸਾਥ ਤੇ ਪੂਰਾ ਹੈ ਪਾਰੋ ਮੰਗ ਕਰਦੇ ਨੇ ਪੰਜਾਬ ਸਰਕਾਰ ਕੋਲੋਂ ਕਿ ਅਗਰ ਇਹ ਮੋਟੀਵੇਸ਼ਨ ਕਰੇ ਨੌਜਵਾਨਾਂ ਨੂੰ ਤੇ ਇਸ ਨੂੰ ਸਪੋਰਟਸ ਕੋਟੇ ਦੇ ਵਿੱਚ ਸਰਕਾਰੀ ਨੌਕਰੀ ਜ਼ਰੂਰ ਮਿਲੇ ਕੈਮਰਾਮੈਨ ਨਿਸ਼ਾਨ ਦੇ ਨਾਲ ਸਪੋਕਸਮੈਨ ਟੀਵੀ ਲਈ ਨਿਤਿੰਨ ਲੂਥਰਾ ਗੁਰਦਾਸ